ਦਿਵਾਲੀ ਦੇ ਇਸ ਅਵਸਰ 'ਤੇ ਮੈਂ ਤਰਲੋਚਨ ਸਿੰਘ ਬਿੱਟੂ, ਚੇਅਰਮੈਨ ਸਿਲਵਰ ਓਕ ਸਕੂਲ ਸ਼ਹਿਬਾਜਪੁਰ ਟਾਂਡਾ, ਜਿੱਥੇ ਟਾਂਡਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਵੱਸਦੇ ਹੋਏ ਆਪਣੇ ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਔਰ ਜਿੱਥੇ ਮੈਂ ਸਾਰਿਆਂ ਨੂੰ ਵਧਾਈ ਸੰਦੇਸ਼ ਦੇ ਰਿਹਾ, ਉੱਥੇ ਮੈਂ ਆਪਣੇ ਸੁਨੇਹੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਵੇਂ ਸਿਲਵਰ ਓਕ ਸਕੂਲ ਤੋਂ ਇੱਕ ਮੈਸੇਜ ਜਾਂਦਾ ਕਿ ਆਪਾਂ ਸਾਰਿਆਂ ਨੇ ਰਲ ਕੇ ਗ੍ਰੀਨ ਦਿਵਾਲੀ ਸੈਲੀਬ੍ਰੇਟ ਕਰਨੀ ਹੈ, ਕਰੈਕਰ ਫਰੀ ਦਿਵਾਲੀ ਸੈਲੀਬ੍ਰੇਟ ਕਰਨੀ ਹੈ, ਇਨਵਾਇਰਮੈਂਟ ਨੂੰ ਆਪਾਂ ਸਾਫ਼ ਸੁਥਰਾ ਰੱਖਣਾ। ਸਾਡੇ ਸਕੂਲ ਦੇ ਵਿੱਚ ਜਦੋਂ ਕੋਈ ਵੀ ਤਿਉਹਾਰ ਹੁੰਦਾ, ਜਿਵੇਂ ਹੁਣ ਪਿੱਛੇ ਦੁਸਹਿਰੇ ਦਾ ਤਿਉਹਾਰ ਹੋ ਕੇ ਗਿਆ, ਉਹਦੇ ਵਿੱਚ ਮੈਡਮ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ਦੇ ਵਿੱਚ ਅਸੀਂ ਟਾਂਡੇ ਦੇ ਵਿੱਚ ਇੱਕ ਬਹੁਤ ਵਧੀਆ ਤਰੀਕੇ ਨੇ ਬੱਚਿਆਂ ਨੇ ਇੱਕ ਨਾਟਕ ਦੇ ਰੂਪ ਦੇ ਵਿੱਚ ਇਹ ਕੀਤਾ ਕਿ ਸਮਾਜ ਦੀਆਂ ਕੁਰੀਤੀਆਂ ਤੋਂ ਅਸੀਂ ਕਿਵੇਂ ਬਚਣਾ। ਉਹ ਇੱਕ ਪਲੇਅ, ਇੱਕ ਨਾਟਕ ਦੇ ਰੂਪ ਵਿੱਚ ਸ਼ਿਮਲਾ ਪਹਾੜੀ ਵਿੱਚ ਜਾ ਕੇ ਬੱਚਿਆਂ ਨੇ ਟਾਂਡੇ ਦੇ ਸਾਰੇ ਲੋਕਾਂ ਨੂੰ ਦੱਸਿਆ। ਇਸੇ ਤਰ੍ਹਾਂ ਹੀ ਹੁਣ ਦਿਵਾਲੀ ਦਾ ਜਿਹੜਾ ਤਿਉਹਾਰ ਆ ਰਿਹਾ, ਇਹਦੇ ਵਿੱਚ ਵੀ ਸਾਡੇ ਸਕੂਲ ਦੇ ਵਿੱਚ ਇੱਕ ਫੰਕਸ਼ਨ ਔਰਗਨਾਈਜ਼ ਹੁੰਦਾ, ਉਹਦੇ 'ਚ ਅਸੀਂ ਬੱਚਿਆਂ ਨੂੰ ਦਿਵਾਲੀ ਦਾ ਮਹੱਤਵ ਦੱਸਦੇ ਹਾਂ, ਦਿਵਾਲੀ ਕਿਉਂ ਮਨਾਈ ਜਾਂਦੀ ਹੈ, ਦਿਵਾਲੀ ਦਾ ਮਤਲਬ ਕੀ ਹੈ, ਦਿਵਾਲੀ ਪਰਿਵਾਰ ਦੇ ਵਿੱਚ ਰਲ ਕੇ ਇਕੱਠੇ ਬੈਠ ਕੇ ਖੁਸ਼ੀਆਂ ਨਾਲ ਮਨਾਉਣ ਵਾਲੀ ਹੈ। ਦਿਵਾਲੀ ਦਾ ਮਤਲਬ ਇਹ ਨਹੀਂ ਕਿ ਅਸੀਂ ਇਕੱਲੇ ਆਪਣੇ ਘਰ ਵਿੱਚ ਮਠਿਆਈਆਂ ਖਾ ਕੇ ਦਿਵਾਲੀ ਮਨਾਉਣੀ ਹੈ। ਦਿਵਾਲੀ ਦਾ ਮਤਲਬ ਹੈ ਜਿਹੜੇ ਸਮਾਜ ਦੇ ਵਿੱਚ ਨੀਡੀ ਲੋਕ ਹੈ, ਅਸੀਂ ਉਹਨਾਂ ਦੀ ਹੈਲਪ ਕਰਨੀ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਹਾਂ ਕਿ ਤੁਸੀਂ ਸਮਾਜ ਵਿੱਚ ਜਿਹੜੇ ਐਸੇ ਲੋਕ ਨੇ ਜਿਹੜੇ ਦਿਵਾਲੀ ਸੈਲੀਬ੍ਰੇਟ ਹੀ ਨਹੀਂ ਕਰ ਸਕਦੇ, ਜਿਨ੍ਹਾਂ ਕੋਲ ਇਸ ਚੀਜ਼ ਦੀ ਕਮੀ ਹੈ, ਉਹ ਸਾਡੇ ਬੱਚਿਆਂ ਨੂੰ ਅਸੀਂ ਇਹ ਸਿਖਾਉਂਦੇ ਹਾਂ। ਔਰ ਸਾਡੇ ਬੱਚੇ, ਮੈਨੂੰ ਖੁਸ਼ੀ ਹੈ ਕਿ ਸਾਡੇ ਬੱਚੇ ਜਾ ਕੇ ਹਰ ਕੋਨੇ ਕੋਨੇ 'ਤੇ ਇਹ ਸੰਦੇਸ਼ ਵੀ ਦਿੰਦੇ ਨੇ ਔਰ ਸਾਡੇ ਬੱਚੇ ਜਿਹੜੇ ਕਰੈਕਰ ਫਰੀ ਦਿਵਾਲੀ ਸੈਲੀਬ੍ਰੇਟ ਹਮੇਸ਼ਾ ਕਰਦੇ ਨੇ ਔਰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦਿੰਦੇ ਨੇ। ਔਰ ਮੈਂ ਆਪਣੇ ਵੱਲੋਂ ਔਰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ, ਆਪਣੇ ਪ੍ਰਿੰਸੀਪਲ ਮੈਡਮ ਦਾ, ਕਿਉਂਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਇਹ ਸਿੱਖਿਆਵਾਂ ਦਿੱਤੀਆਂ ਕਿ ਦਿਵਾਲੀ 'ਚ ਆਪਾਂ ਕਿਵੇਂ ਸੈਲੀਬ੍ਰੇਟ ਕਰਨੀ ਹੈ, ਇਹਨਾਂ ਦਾ ਵੀ ਧੰਨਵਾਦ ਸਾਰੀ ਸਕੂਲ ਦੀ ਟੀਚਿੰਗ ਸਟਾਫ ਦਾ, ਜਿਹੜੇ ਸਾਰੇ ਬੱਚਿਆਂ ਨੂੰ ਇਹ ਸਾਰਾ ਸਿਖਾ ਰਹੇ ਨੇ। ਤੋ ਮੈਂ ਸਾਰਿਆਂ ਹੀ ਆਪਣੇ ਜਿੰਨੇ ਵੀ ਦੋਸਤ ਮਿੱਤਰ, ਭੈਣ ਭਰਾ, ਬਜ਼ੁਰਗ, ਸਾਰਿਆਂ ਨੂੰ ਦਿਵਾਲੀ ਦੇ ਉੱਪਰ ਔਰ ਪ੍ਰਦੇਸ਼ਾਂ ਦੇ ਵਿੱਚ ਬੈਠੇ, ਖਾਸ ਕਰਕੇ ਆਪਣੇ ਭੈਣੇ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਦਿਵਾਲੀ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ, ਸਾਰਿਆਂ ਦੇ ਘਰਾਂ ਵਿੱਚ ਤੰਦਰੁਸਤੀ ਹੋਵੇ, ਸਾਰੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਨਾਲ ਰਲ ਬੈਠ ਕੇ ਇਹ ਦਿਵਾਲੀ ਸੈਲੀਬ੍ਰੇਟ ਕਰਾਉਣ। ਔਰ ਮੇਰੇ ਵੱਲੋਂ ਔਰ ਸਾਰੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।